ਸਤਿ ਸ਼੍ਰੀ ਅਕਾਲ ਜਸਪੰਜੀ ਆ ਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਕੁਲਵਿੰਦਰ ਸਿੰਘ ਤੇ ਅੱਜ ਅਸੀਂ ਪੰਜਾਬ ਬੋਲਦਾ ਦੇ ਵਿੱਚ ਇਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਸਮੱਸਿਆ ਪੰਜਾਬ ਦੇ ਵਿੱਚ ਦਿਨ-ਬਦਨ ਵਾਧਦੀ ਹੋਈ ਨਜ਼ਰ ਆ ਰਹੀ ਹੈ ਅਸੀਂ ਗੱਲ ਕਰਾਂਗੇ ਗੈਂਗਸਟਰਾਂ ਦੇ ਮਸਲੇ ਦੀ ਪੰਜਾਬ ਦੇ ਵਿੱਚ ਗੈਂਗਸਟਰ ਕਲਚਰ ਜਿਹੜਾ ਹੈ ਉਹ ਲਗਾਤਾਰ ਪੈਰ ਫੈਸਾਰਦਾ ਹੋਇਆ ਨਜ਼ਰ ਆ ਰਿਹਾ ਹੈ ਸੂਬੇ ਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਸੱਤਾ ਦੇ ਵਿੱਚ ਬੈਠੀਆਂ ਪਾਰਟੀਆਂ ਹੁਣ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਉਂਦੀਆਂ ਨੇ ਪਰ ਸੱਚ ਇਹ ਹੈ ਕਿ ਨੌਜਵਾਨ ਜਿਹੜੇ ਨੇ ਉਹ ਗੈਂਗਸਟਰ ਕਲਚਰ ਦੇ ਵੱਲ ਵਧਦੇ ਹੋਏ ਲਗਾਤਾਰ ਨਜ਼ਰ ਆ ਰਹੇ ਨੇ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਗੈਂਗਸਟਰ ਕਲਚਰ ਵੱਧ ਫੁੱਲ ਰਿਹਾ ਹੈ ਇਸ ਦੇ ਪਿੱਛੇ ਕਾਰਨ ਕੀ ਨੇ ਤੇ ਇਸ ਨੂੰ ਕਿਸ ਤਰੀਕੇ ਸੁਧਾਰਿਆ ਜਾ ਸਕਦਾ ਪਾਜੀ ਕੀ ਨਾ ਤੁਹਾਡਾ ਮੇਰਾ ਵੀਰੇ ਰਵਿੰਦਰ ਢਾਲੀਵਾਲ ਜੀ ਰਵਿੰਦਰ ਵੀਰੇ ਇਹ ਦੱਸੋ ਕਿ ਗੈਂਗਸਟਰ ਕਲਚਰ ਬਾਰੇ ਤੁਹਾਡੇ ਕੀ ਵਿਚਾਰ ਹੈ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਚੀਜ਼ ਹੈ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਨੌਜਵਾਨ ਇਹਦੇ ਵਿੱਚ ਪੈ ਰਹੇ ਨੇ ਜੀ ਜੀ ਬਿਲਕੁਲ ਕਰ ਰਹੀ ਹੈ ਵੀਰੇ ਪੈ ਰਹੇ ਨੇ ਤੇ ਜਿਹੜਾ ਇਹਦਾ ਵਧਨ ਦਾ ਜਿਹੜਾ ਕਾਰਨ ਹੈ ਜਿਹਨੂੰ ਮੈਂ ਮੇਨ ਕਾਰਨ ਸਮਝਦਾ ਇੱਕ ਤਾਂ ਵੀਰੇ ਜਿਹੜਾ ਗੀਤਾਂ ਤੇ ਫਿਲਮਾਂ 'ਚ ਪ੍ਰਮੋਟ ਕੀਤਾ ਜਾ ਰਿਹਾ ਨਾ ਇਸ ਚੀਜ਼ ਨੂੰ ਹਨਾ ਮੰਨ ਲਓ ਵੀ ਤੁਸੀਂ ਆਪ ਮੰਨਦੇ ਆਂ ਵੀ ਜੋ ਕੁਈ ਗਾਣੇ ਹੁੰਦੇ ਜਾਂਦਾ ਸਿਨੇਮਾ ਹੁੰਦਾ ਉਹ ਜੋ ਸਮਾਜ ਚ ਹੋ ਰਿਹਾ ਹੁੰਦਾ ਉਹਦਾ ਸ਼ੀਸ਼ਾ ਹੁੰਦਾ ਲਿਟਰੇਚਰ ਉਹਨੂੰ ਦਿਖਾਉਂਦਾ ਹੈ ਹਨਾ ਪਰ ਉਹਨੂੰ ਦਿਖਾਇਆ ਇਸ ਤਰੀਕੇ ਨਾਲ ਜਾ ਰਿਹਾ ਹੈ ਵੀ ਇੱਕ ਤਰ੍ਹਾਂ ਨਾਲ ਉਹਨੂੰ ਕੀ ਕਹਿੰਦੇ ਉਹਨੇ ਮਤਲਬ ਗਲੈਮਰਾਇਜ਼ ਕੀਤਾ ਜਾ ਰਿਹਾ ਹਾਂ ਹਾਂ ਮਤਲਬ ਗਲੋਰੀਫਾਈ ਕੀਤਾ ਜਾ ਰਿਹਾ ਤੇ ਜਿਵੇਂ ਆਪਾਂ ਦੇਖਦੇ ਆਂ ਵੀ ਇਹਦੇ ਲੋਕ ਇਹਨੂੰ ਕਈ ਇਹਦੇ ਉਲਟ ਜਿਹੜੇ ਗਾਉਣ ਵਾਲੇ ਜਾਂ ਲਿਖਣ ਵਾਲੇ ਆ ਉਹ ਵੀ ਦੰਦੇ ਨੇ ਵੀ ਤੁਸੀਂ ਬਾਲੀਵੁੱਡ ਜਾ ਕੇ ਦੇਖੋ ਉੱਥੇ ਹੀ ਫਿਲਮਾਂ ਬਣਦੀਆਂ ਨੇ ਪਰ ਉੱਥੇ ਫਿਰ ਵੀ ਰੀਅਲ ਕੁਛ ਨਾ ਕੁਛ ਰੀਅਲ ਹੁੰਦਾ ਉੱਥੇ ਦਿਖਾਉਂਦੇ ਨੇ ਵੀ ਬੰਦੇ ਦਾ ਅੰਤ ਹੋਇਆ ਜਾਂ ਕਿਵੇਂ ਹਨਾ ਇਹਦੀ ਡਾਰਕ ਸਾਈਡ ਵੀ ਦਿਖਾਉਂਦੇ ਨੇ ਤਾਂ ਆਪਣੇ ਸਿਰਫ ਤਾਂ ਸਿਰਫ ਬੰਦਿਆਂ ਦੇ ਨਾਂ ਲੈ ਕੇ ਫਿਲਮਾਂ ਬਣਾਈਆਂ ਜਾ ਰਹੀਆਂ ਪ੍ਰਮੋਟ ਕੀਤਾ ਜਾਂਦਾ ਉਹਨੂੰ ਇਸ ਤਰੀਕੇ ਨਾਲ ਵੀ ਬੰਦੇ ਨੂੰ ਇਹ ਲੱਗਦਾ ਯਾਰ ਵੀ ਦੋ ਚਲੋ ਪਰਚੇ ਪੈ ਜਾਣਗੇ ਮਰ ਵੀ ਜਾਵਾਂਗੇ ਤਾਂ ਕਿ ਫਿਲਮ ਤਾਂ ਬਣ ਜੂਗੀ ਮੰਨ ਲਓ ਇੱਥੋਂ ਤੱਕ ਗੱਲ ਆ ਗਈ ਹੈ ਪੰਜਾਬ ਵਿੱਚ ਜਿਹਦੇ ਵਿੱਚ ਸਾਡੇ ਸਮਾਜ ਦਾ ਤੇ ਜਿਹੜਾ ਸਾਡਾ ਪੋਲਿਟੀਕਲ ਸਿਸਟਮ ਹੈ ਉਹਦੀ ਕਿੰਨੀ ਕੁ ਭੂਮਿਕਾ ਲਾਦੀ ਹੈ ਸਮਾਜ ਉਹ ਤਾਂ ਅਸੀਂ ਗੱਲ ਕਰਦੇ ਹਾਂ ਕਿ ਕਲਾਕਾਰ ਬਹੁਤ ਸਾਰਾ ਪ੍ਰਮੋਟ ਕਰ ਰਹੇ ਗਾਣਿਆਂ ਦੇ ਵਿੱਚ गा ਰਹੇ ਹੈ ਤੇ ਯੂਥ ਪ੍ਰਭਾਵਿਤ ਵੀ ਹੁੰਦਾ ਹੈ ਪਰ ਉਹ ਤੋਂ ਇਲਾਵਾ ਬਹੁਤ ਸਾਰੇ ਪੱਖ ਨੇ ਸਾਡੀ ਸਮਾਜ ਦਾ ਤੇ ਸਾਡੇ ਜਿਹੜੇ ਖਾਸ ਤੌਰ ਤੇ ਜਿਹੜਾ ਸਾਡਾ ਪੋਲਿਟੀਕਲ ਸਿਸਟਮ ਹੈ ਉਹਦਾ ਉਹਦਾ ਕਿੰਨਾ ਰੋਲ ਹੈ ਬਿਲਕੁਲ ਹੈਗਾ ਵੀਰੇ ਉਹ ਹੁਣ ਤਾਂ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਖੋਦੇ ਢੀ ਢੀ ਪ੍ਰੈਸ ਕਾਨਫਰੈਂਸਾਂ ਕਰਕੇ ਕਹੀ ਜਾਂਦੇ ਨੇ ਵੀ ਕਦੇ ਉਹਨਾਂ ਦੀ ਸਰਕਾਰ ਹੁੰਦੀ ਹੈ ਉਹ ਦੂਜਿਆਂ ਤੇ ਕਹਿ ਦਿੰਦੇ ਨੇ ਵੀ ਤੁਸੀਂ ਪੁਸ਼ਤ ਪਣਾਈ ਕਰ ਲਓ ਮਤਲਬ ਇਹ ਤਾਂ ਕਲੀਅਰ ਹੀ ਆ ਵੀ ਦੋਨੇ ਕਰਦੇ ਨੇ ਪਹਿਲਾਂ ਉਹਨਾਂ ਨੇ ਵੀ ਕੀਤੀ ਹੈ ਇਹਨਾਂ ਨੇ ਵੀ ਕੀਤੀ ਹੈ ਹਨਾ ਉਹ ਤਾਂ ਹੈਗਾ ਹੀ ਆ ਤੇ ਇੱਕ ਕਾਰਨ ਵੀਰੇ ਹੋਰ ਜੇ ਸਮਾਜਿਕ ਤੌਰ ਤੇ ਆਪਾਂ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ ਜਿਹੜਾ ਰੁਜ਼ਗਾਰ ਵਾਲਾ ਵੀ ਵੱਡਾ ਇੱਕ ਫੈਕਟਰ ਹੈ ਹਨਾ ਜਦੋਂ ਦਿਖਦਾ ਨਹੀਂ ਕੋਈ ਛਾਣਾ ਅੱਗੇ ਬੰਦੇ ਨੂੰ ਨਹੀਂ ਦਿਖਦਾ ਵੀ ਕੁਝ ਨਹੀਂ ਬਣਨਾ ਅਗਲਾ ਸੋਚਦਾ ਯਾਰ ਚਲੋ ਇਸ ਕੰਮ 'ਚ ਹੀ ਪਏ ਜਾਂਦੇ ਆ ਹੁਣ ਇੱਥ ਨੂੰ ਲੱਗਿਆ ਯਾਰ ਵੀ ਚਲੋ ਦੋ ਚਾਰ ਪਰਚੇ ਪੈ ਗਏ ਆ ਫਿਰ ਉਹ ਬੰਦਾ ਸਿਸਟਮ ਚ ਪੈ ਜਾਂਦਾ ਹਨਾ ਤਾਂ ਰਾਜਨੀਤਿਕ ਤੇ ਗੁੰਡਾਗਠੜ ਜੋੜ ਤਾਂ ਚੱਲ ਹੀ ਰਿਹਾ ਹੈ ਬਹੁਤ ਬਾਈ ਤੁਹਾਡਾ ਕੀ ਨਾਮ ਕੁਲਦੀਪ ਸਮਾਗਜੀ ਤੁਸੀਂ ਦੱਸੋ ਬਾਈ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰ ਕਲਚਰ ਹੈ ਉਹ ਕੀ ਤੁਹਾਨੂੰ ਲੱਗਦਾ ਹੈ ਕਿ ਵੱਧ ਫੁੱਲ ਰਿਹਾ ਹੈ ਲਗਾਤਾਰ ਤੇ ਇਹਦੇ ਪਿੱਛੇ ਤੁਹਾਨੂੰ ਕਾਰਨ ਕੀ ਨਜ਼ਰ ਆਉਂਦੇ ਆ ਅ ਜਿਵੇਂ ਇਹ ਬੰਦਾ ਬਾਈ ਢਾਲੀਵਾਲ ਬਾਈ ਨੇ ਦੱਸਿਆ ਕਾਰਨ ਤਾਂ ਉਹੀ ਨੇ ਤੇ ਬੇਸਿਕਲੀ ਇਹਨੂੰ ਰੋਕਣ ਦਾ ਜੋ ਜਰੀਆ ਹੈਗਾ ਉਹ ਹੈਗਾ ਰੋਜ਼ਗਾਰ ਤੇ এডਿਕੇਸ਼ਨ ਇਹਨੂੰ ਰੋਕਿਆ ਕਿਵੇਂ ਜਾ ਸਕਦਾ ਜੇ ਅਸੀਂ ਸਹੀ ਪ੍ਰੋਪਰ এডਿਕੇਸ਼ਨ ਦੇਵਾਂ ਆਪਣਿਆਂ ਨੂੰ ਤੇ ਉਹਨਾਂ ਨੂੰ ਸਹੀ ਇੱਕ ਲਾਈਨ ਦੇ ਵਿੱਚ ਜਿਵੇਂ ਬਿਊਰੋਕ੍ਰੈਟਿਕ ਲਾਈਨ ਦੇ ਬੰਨੀ ਜਾਂ ਉਹਨਾਂ ਨੂੰ ਕਿਸੇ ਵੀ ਇੱਕ ਡਾਇਰੈਕਸ਼ਨ ਦੇ ਕੇ ਤੋਰਾਂਗੇ ਤਾਂ ਉਹ ਇਸ ਇਸ ਹੀਰੋਇਕ ਜਿਹੜਾ ਗਲੋਰੀਫਿਕੇਸ਼ਨ ਹੈ ਦੇ ਬੰਨੀ ਜਾਣਗੇ ਹੀ ਨਹੀਂ ਇਹਦੇ ਵਿੱਚ ਜਿੱਦਾਂ ਕਿ ਹੁਣ ਛੋਟੇ ਸ਼ਹਿਰਾਂ ਚ ਪੰਜਾਬ ਦੇਆਂ ਚ ਜਿਵੇਂ ਬਠਿੰਡਾ ਏਰੀਆ ਹੈ ਉੱਥੇ ਪਹਿਲਾਂ ਬਹੁਤ ਜ਼ਿਆਦਾ ਗੈਂਗਸਟਰ ਬਾਦ ਹੁੰਦਾ ਸੀਗਾ ਗੈਂਗਸਟਰ ਹੁੰਦੇ ਸੀਗੇ ਲੜਾਈਆਂ ਆਮ ਛੋਟੇ ਸ਼ਹਿਰਾਂ ਹੁੰਦੀਆਂ ਰਹਿੰਦੀਆਂ ਸੀਗੀਆਂ ਉੱਥੇ ਤੇ ਹੁਣ ਉੱਥੇ ਕੀ ਹੋਇਆ ਕਿ ਲੋਕ ਆਇਲਰਟਸ ਕਰਕੇ ਬਾਹਰ ਜਾ ਰਹੇ ਆ ਤੇ ਉੱਥੇ ਲੋਕਾਂ ਨੇ ਇਸ ਚੀਜ਼ ਦਾ ਖੇੜਾ ਛੱਡ ਕੇ ਆਪਣੀ ਚੰਗੀ ਲਾਈਫ ਨੂੰ ਸੈਟਲ ਕਰਨ ਲਈ ਵਧੀਆ ਸਿਟੀਜ਼ ਦੇ ਵਿੱਚ ਜਾਣਾ ਜਾਂ ਵਧੀਆ ਕੰਟਰੀਜ਼ ਦੇ ਵਿੱਚ ਜਾਣ ਦੀ ਪ੍ਰੇਫਰ ਕਰਦੇ ਆ। ਆਪਣੀ ਗਵਰਨਮੈਂਟ ਨੂੰ ਚਾਹੀਦਾ ਹੈਗਾ, ਸਟੇਟ ਗਵਰਨਮੈਂਟ ਨੂੰ ਚਾਹੀਦਾ, ਸੈਂਟਰ ਨੂੰ ਵੀ ਚਾਹੀਦਾ ਤੇ ਜਿਹੜੀਆਂ ਐਨ ਜੀਓਜ਼ ਨੇ ਉਹਨਾਂ ਨੂੰ ਵੀ ਇੱਕ ਐਫਰਟ ਕਰਨਾ ਚਾਹੀਦਾ ਹੈ ਕਿ ਇੱਥੇ ਇੱਕ ਵਧੀਆ ਪਲੇਟਫਾਰਮ ਦਿੱਤਾ ਜਾਵੇ ਬੱਚਿਆਂ ਨੂੰ। ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ। ਬੱਚੇ ਨੂੰ ਜਦੋਂ ਤੁਸੀਂ ਰੋਜ਼ਗਾਰ ਦਿੱਤਾ ਉਹ ਤੇ ਰਿਸਪੌਂਸਿਬਿਲਟੀ ਪਾਤੀ, ਸੋਸ਼ਲ ਰਿਸਪੌਂਸਿਬਿਲਟੀ ਪਾਤੀ, ਉਹ ਕਦੇ ਵੀ ਐਂਟੀ-ਸੋਸ਼ਲ ਕੋਈ ਵੀ ਐਕਟੀਵਿਟੀ ਨਹੀਂ ਕਰੇਗਾ। ਨਹੀਂ ਉਹ ਕਿਵੇਂ ਫਾਲਸ ਹੀਰੋਇਕ ਜਾਂ ਗਲੋਰੀਫਿਕੇਸ਼ਨ ਦੇ ਵਿੱਚ ਜਾਏਗਾ ਤਾਂ ਇਹਨੂੰ ਰੋਕਣ ਦਾ ਇੱਕ ਜਰੀਆ ਹੈਗਾ ਜਿਹੜਾ ਹੈਗਾ ਕਿ ਆਪਾਂ ਇਹਨਾਂ ਨੂੰ এডੂਕੇਸ਼ਨ ਦਈਏ ਤੇ ਇੱਕ ਰੋਜ਼ਗਾਰ ਦਈਏ ਬੱਚਿਆਂ ਨੂੰ ਤੁਹਾਨੂੰ ਤੁਹਾਨੂੰ ਇਹ ਫਰਕ ਲੱਗਦਾ ਕਿ ਇਹ ਚੀਜ਼ ਜਿਹੜੀ ਹੈ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਫਰਕ ਹੈ ਵੀ ਪਿੰਡਾਂ ਦੇ ਵਿੱਚ ਜ਼ਿਆਦਾ ਅਸਰ ਹੈ ਇਸ ਚੀਜ਼ ਦਾ ਸ਼ਹਿਰਾਂ ਦੇ ਮੁਕਾਬਲੇ ਨਹੀਂ ਬੱਚੇ ਪਿੰਡਾਂ ਵਾਲੇ ਅੱਛਾ ਹੀ ਅਰਬਨਾਈਜੇਸ਼ਨ ਦਾ ਜਿਹੜਾ ਕਨਸੈਪਟ ਹੈ ਕਿਉਂਕਿ ਬੱਚੇ ਕੋਲੇ ਸਾਰੀ ਫੈਸਿਲਿਟੀ ਪਿੰਡਾਂ 'ਚ ਅਵੇਲੇਬਲ ਨਹੀਂ ਹੁੰਦੀ ਬੱਚਾ ਕਿਸੇ ਵੀ ਚੀਜ਼ ਲਈ ਸ਼ਹਿਰ ਆਏਗਾ ਤਾਂ ਸ਼ਹਿਰ ਦੇ ਵਿੱਚ ਉਹਨੂੰ ਅਲੱਗ-ਅਲੱਗ ਤਰੀਕੇ ਦਾ ਮਾਹੌਲ ਮਿਲਦਾ ਹੈ ਤਾਂ ਬੇਸਿਕਲੀ ਜਿਹੜੇ ਬੱਚੇ ਨੇ ਆਪਣੇ ਉਹ ਜਿਹੜਾ ਜੂਥ ਉਹ ਡਾਇਰੈਕਸ਼ਨ ਲੈਕਸ ਹੈ ਉਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਹੈਗੀ ਲਾਈਫ ਦੇ ਵਿੱਚ ਕਰਨਾ ਕੀ ਹੈ ਕੀ ਸਾਡੇ ਆਬਜੈਕਟਿਵਸ ਨੇ ਉਹ ਕਲੀਅਰ ਨਹੀਂ ਹੈਗੇ ਤਾਂ ਉਹ ਛੋਟੀਆਂ-ਛਡੀਆਂ ਸ਼ਾਰਟ ਟਰਮਸ ਜਿਹੜੇ ਗੋਲ ਨੇ ਤੇ ਆਪਦੀ ਗਲੋਰੀਫਿਕੇਸ਼ਨ ਲਈ ਫੇਮ ਲਈ ਜਿਵੇਂ ਸੋਸ਼ਲ ਮੀਡੀਆ ਤੇ ਵੀ ਟਿਕਟੌਕ ਦੇ ਥਰੂ ਅੱਜ ਕੱਲ ਫੇਮ ਚੱਲ ਰਿਹਾ ਹੈਗਾ ਉਹਦੇ ਉਹਦੇ ਵਿੱਚ ਜ਼ਿਆਦਾ ਇੰਡਲਜ ਹੋ ਜਾਂਦਾ ਕਿਉਂਕਿ ਉਹਨੂੰ ਉਹਦੇ ਪ੍ਰੋਪਰ ਸਮਝ ਵੀ ਨਹੀਂ ਹੁੰਦੀ ਨਾ ਤਾਂ ਸਮਾਜਿਕ ਦਾਇਰੇ ਦੀ ਸਮਝ ਵੀ ਨਹੀਂ ਹੁੰਦੀ ਉਹ ਇੱਕ ਇੰਡੀਵਿਜੂਅਲ ਸੋਚਦਾ ਆਪਣੇ ਆਪ ਤੇ ਤਾਂ ਜਦੋਂ ਉਹ ਇੰਡੀਵਿਜੂਅਲ ਸੋਚੇਗਾ ਤਾਂ ਉਹ ਜਲਦੀ ਜਲਦੀ ਪੈਸਾ ਤੇ ਫੇਮ ਚਾਹੁੰਦਾ ਹੈਗਾ ਤਾਂ ਫਿਰ ਉਹ ਗਲਤ ਐਕਟੀਵਿਟੀਆਂ ਦੇ ਵਿੱਚ ਜਿਵੇਂ ਗੈਂਗਸਟਰ ਹੋ ਗਏ ਜਾਂ ਹੋਰ ਵੀ ਜਿਵੇਂ ਪੋਲੀਟੀਸ਼ੀਨ ਵੀ ਮਿਸਯੂਜ਼ ਕਰਦੇ ਨੇ ਚੀਜ਼ਾਂ ਦਾ ਕਿਉਂਕਿ ਫਿਰ ਜੋ ਉੱਪਰ ਲੈਡਰ ਦੇ ਵਿੱਚ ਹਾਇਰ ਪੋਜੀਸ਼ਨ ਤੇ ਲੋਕ ਹੁੰਦੇ ਆ ਉਹਨਾਂ ਦੇ profession ਦੇ ਵਿੱਚ ਆਪਾਂ ਉਹਨੂੰ ਕਈ ਉਹਨਾਂ ਨੇ profession ਬਣਾਇਆ ਹੋਇਆ ਹੈ ਨਾ ਗੈਂਗਸਟਰ ਬਾਅਦ ਅੱਜਕੱਲ ਤਾਂ ਉਹ ਉਹਨਾਂ ਦਾ ਮਿਸਯੂਜ਼ ਕਰਦੇ ਆ ਦੱਬ ਕੇ ਫਿਰ ਉਹ ਉਹਨਾਂ ਨੂੰ ਆਪਣੇ ਬਣਾ ਕੇ ਚੇਲੇ ਬਣਾ ਕੇ ਜਾਂ ਉਹਨਾਂ ਨੂੰ ਦੋ ਚਾਰ ਕੰਮ ਕਰਾ ਕੇ ਦਿੰਦਾ ਫਿਰ ਉਹ ਪੂਰਾ ਸਿਸਟਮ ਦੇ ਵਿੱਚ ਜਦੋਂ ਬੰਦਾ ਜਕੜਿਆ ਜਾਂਦਾ ਇੱਕ ਵਾਰ ਫਿਰ ਉਹਨੂੰ ਕੁਇਟ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਕਿਉਂਕਿ ਉਹਦਾ ਦਾਇਰਾ ਉਹਦੇ ਸੋਚਣ ਵਾਲੇ رائے ਦੇਣ ਵਾਲੇ ਵਿਚਾਰ ਕਰਨ ਵਾਲੇ ਉਸ ਮੈਂਟਲ ਲੈਵਲ ਦੇ ਹੁੰਦੇ ਆ ਤੇ ਉਹਨੂੰ ਕਦੇ ਇਸ ਤਰੀਕੇ ਪ੍ਰੋਪਰ ਗਾਈਡ ਨਹੀਂ ਕੀਤਾ ਜਾਂਦਾ ਕਿ ਤੇਰਾ ਅੱਗੇ ਫਿਊਚਰ ਵੀ ਕੁਝ ਹੋ ਸਕਦਾ ਹੈਗਾ ਜਿਹੜਾ ਜਿਹੜਾ ਕਲਚਰ ਜਿਵੇਂ ਭਾਈ ਨੇ ਕਿਹਾ ਵੀ ਜਿਹੜਾ ਨੌਜਵਾਨ ਇਸ ਕਲਚਰ ਚ ਪਈ ਵੀ ਜਾਵੇ ਜਾਂ ਇਸ ਸਿਸਟਮ ਦੇ ਵਿੱਚ ਘਿਰ ਜਾਂਦਾ ਜਿਹੜਾ ਹੈ ਸਾਡੀ ਸੋਸਾਇਟੀ ਦੇ ਵਿੱਚ ਇਸ ਤਰੀਕੇ ਦਾ ਸਿਸਟਮ ਵੀ ਹੈ ਨਹੀਂ ਕਿ ਉਹਨੂੰ ਬਾਹਰ ਕੱਟ ਲਿਆ ਜਾਵੇ ਸਹੀ ਤਰੀਕੇ ਤੇ ਉਹ ਉਹਦੇ ਵਿੱਚ ਫਸਿਆ ਹੋਇਆ ਰਹਿ ਜਾਂਦਾ ਤੁਹਾਨੂੰ ਲੱਗਦਾ ਕਿ ਮਾਹੌਲ ਬਣਾਉਣਾ ਚਾਹੀਦਾ ਜੇ ਕੋਈ ਗਲਤ ਸੈਟ ਰੱਗ ਗਿਆ ਹੈ ਬਾਹਰ ਕੱਢਣ ਦੀ ਵੀਰੇ ਬਾਹਰ ਕੱਢਣ ਦੀ ਨਾ ਤਾਂ ਕਿਸੇ ਨੂੰ ਲੋੜ ਮਹਿਸੂਸ ਹੁੰਦੀ ਆ ਤੇ ਨਾ ਹੀ ਕਿਸੇ ਨੂੰ ਲੋੜ ਹੈ ਬਾਹਰ ਨਿਕਲਣ ਦੀ ਕਿਉਂਕਿ ਉਹ ਤੁਸੀਂ ਦੇਖੋ ਤੁਸੀਂ ਇਹ ਜਿਹੜੇ ਸਵਾਲ ਤੁਸੀਂ ਸਾਨੂੰ ਪੁੱਛ ਰਹੇ ਹੋ ਚਲੋ ਆਪਾਂ ਤਾਂ ਸਲਾਹ ਕਰ ਰਹੇ ਆ ਤੁਸੀਂ ਜਿਹੜੇ ਬੰਦੇ ਜ਼ਿੰਮੇਵਾਰ ਨੇ ਜੇਲ੍ਹ ਮੰਤਰੀ ਆ ਪੰਜਾਬ ਦਾ ਪੁੱਛੋ ਜਾ ਕੇ ਜੇਲਾਂ ਦੇ ਵਿੱਚੋਂ ਫੇਸਬੁੱਕ ਹਰ ਚੀਜ਼ ਉੱਥੇ ਅਵੇਲੇਬਲ ਉਹਨਾਂ ਨੂੰ ਕੀ ਲੋੜ ਹੈ ਬਾਹਰ ਆਉਣ ਦੀ ਗੱਲ ਤਾਂ ਇਹ ਹੈ ਨਾ ਕੋਈ ਬਾਹਰ ਨਿਕਲਣਾ ਵੀ ਨਹੀਂ ਚਾਹੁੰਦਾ ਕਿਉਂਕਿ ਸਹੀ ਆਪਣੀ ਜਗ੍ਹਾ ਸਹੀ ਨੇ ਉਹ ਉਹਨਾਂ ਦਾ ਵਧੀਆ ਚੱਲ ਰਿਹਾ ਅੰਦਰੋਂ ਹੀ ਸਾਰਾ ਕੁਝ ਚੱਲ ਰਿਹਾ ਉਹਨਾਂ ਦਾ ਤੁਸੀਂ ਇਹੀ ਸਵਾਲ ਜੇ ਬੈਟਰ ਹੈ ਵੀ ਤੁਸੀਂ ਜਿਹੜੇ ਬੰਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਪੁੱਛੋ ਜੇਲ੍ਹ ਮੰਤਰੀ ਨੂੰ ਪੁੱਛੋ ਡੇ ਡੇ ਅਲੀਗੇਸ਼ਨ ਲੱਗ ਰਹੇ ਨੇ ਹਨਾ ਕੱਲ ਇੱਕ ਸ਼ਾਇਦ ਸੁਪਰਡੈਂ ਤਾਂ ਫਿਰ ਗਲਤ ਉੱਥੇ ਆ ਨਾ ਸਾਰੀ ਕੀ ਲੋੜਾਂ ਨਿਕਲਣ ਦੀ ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਨੌਜਵਾਨ ਬਾਹਰ ਆ ਸਕਦਾ ਹੈ ਤੁਹਾਡੇ ਆਪਦੇ ਵਿਚਾਰ ਕੀ ਨੇ ਕੋਈ ਇੱਕ ਬੇਸਿਕ ਚੀਜ਼ ਹੈ ਰੁਜ਼ਗਾਰ ਜਦੋਂ ਬੰਦੇ ਨੂੰ ਦੇਖੂਗਾ ਨਾ ਜਿਵੇਂ ਵੀਰੇ ਨੇ ਗੱਲ ਕਹੀ ਹੈ ਜਿਹੜੀ ਆਈਲੈਂਡ ਸਾਇਦਾ ਪ੍ਰਵਾਸ ਹੈ ਚਲੋ ਇੱਕ ਹੈਗਾ ਚਿੰਤਾ ਦਾ ਵਿਸ਼ਾ ਉਹ ਪਰ ਪ੍ਰਵਾਸ ਨੇ ਕੁਝ ਵਧੀਆ ਤਬਦੀਲੀਆਂ ਲੈਂਦੀਆਂ ਨੇ ਪੰਜਾਬ 'ਚ ਇੱਕ ਤਾਂ ਡੌਰੀ ਤੁਹਾਨੂੰ ਪਤਾ ਹੋਣਾ ਡੌਰੀ ਦਾ ਓਪੋਜ਼ਿਟ ਹੋ ਗਿਆ ਹੁਣ ਮੁੰਡੇ ਆਲੇ ਪੈਸੇ ਲਾਉਂਦੇ ਨੇ ਤੇ ਡੌਰੀ ਆਪਣੇ ਕਦੇ ਖਤਮ ਨਹੀਂ ਹੋ ਸਕਦੀ ਸੀ ਪੰਜਾਬ 'ਚ ਤੇ ਦੂਜੀ ਗੱਲ ਜਿਹੜੀ ਆ ਹੈਗੀ ਆ ਇਹਦੇ ਆਲੀ ਹਰ ਬੰਦਾ ਹਾਂ ਜਿਹੜੇ ਬੱਚੇ ਹੁੰਦੇ ਆ ਜਿਹੜਾ ਸੋਚਦਾ ਨਾ 16 ਤੋਂ 17 ਸਾਲ ਵਾਲਾ ਉਹਨੂੰ ਐ ਹੁੰਦਾ ਉਹੀ ਬੰਦੇ ਇਸ ਕੰਮ ਜਿਆਦਾ ਪੈਂਦੇ ਨੇ ਹੁਣ ਉਹਨਾਂ ਨੂੰ ਇਹ ਲੱਗਦਾ ਵੀ ਰਿਕਾਰਡ ਮੇਰਾ ਨੀਟ ਐਂਡ ਕਲੀਨ ਚਾਹੀਦਾ ਮੈਂ ਕੱਲ ਨੂੰ ਆਈਲੈਕਸ ਕਰਨੀ ਆ ਸਾਡੇ ਜਿਹੜੇ ਜਿਵੇਂ ਮਟਿੰਡੇ ਵਰਗੇ ਸ਼ਹਿਰਾਂ ਦੀ ਗੱਲ ਕੀਤੀ ਆ ਉਹ ਕਾਲਜਾਂ ਚ ਲੜਾਈਆਂ ਲੁੜੀਆਂ ਬੰਦ ਹੋ ਚੁੱਕੀਆਂ ਇੱਥੇ ਵੀ ਬਹੁਤ ਫਰਕ ਪਿਆ ਵੀ ਯੂਜ ਵੀ ਪਿਛਲੇ ਟਾਈਮ ਤੋਂ ਕਾਫੀ ਫਰਕ ਪਿਆ ਕਿਉਂਕਿ ਹਰ ਬੰਦੇ ਨੂੰ ਇਹ ਆ ਵੀ ਮੈਂ ਬਾਹਰ ਜਾਣਾ ਜਿਨ੍ਹਾਂ ਦੇ ਪੁਰਾਣੇ ਵੀ ਪਰਚੇ ਪੁਰਚੇ ਆ ਉਹ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਵੀ ਕਿਸੇ ਤਰੀਕੇ ਨਿਬੜ ਜਾਣ ਮੇਰੀ ਪੀਆਰ ਦਾ ਕੋਈ ਹੱਲ ਹੋ ਜਾਵੇ ਹਨਾ ਤਾਂ ਉਹਨੇ ਕੋਈ ਚੀਜ਼ਾਂ ਮਤਲਬ ਇਹ ਗੱਲ ਉਹੀ ਆ ਨਾ ਜੇ ਇੱਥੇ ਰੋਜ਼ਗਾਰ ਮਿਲੂਗਾ ਰੋਜ਼ਗਾਰ ਲਈ ਵੀ ਤੁਹਾਨੂੰ ਆਪਣਾ ਰਿਕਾਰਡ ਨੀਟੰਡ ਕਲੀਨ ਚਾਹੀਦਾ ਤਾਂ ਰੋਜ਼ਗਾਰ ਦਾ ਵੀ ਇੱਕ ਬੜਾ ਵੱਡਾ ਇਸ਼ੂ ਆ ਹੁਣ ਮੈਂ ਪੀਐਚਡੀ ਕਰ ਰਿਹਾ ਵੀਰਾ ਵੀ ਜਿਹੜਾ ਜੀਆਰਐਫ ਹੈ ਤੇ ਜਦੋਂ ਮੇਰੀ ਪੜ੍ਹਾਈ ਖਤਮ ਹੋ ਜਾਣੀ ਹੈ ਮੈਨੂੰ ਮਿਲਣਾ 16000 ਰੁਪਏ ਸੈਲਰੀ ਤੇ ਜਿਹੜੀਆਂ ਪੋਸਟਾਂ ਨੇ ਅਸਿਸਟੈਂਟ ਪ੍ਰੋਫੈਸਰ ਦੀਆਂ ਉਹ ਪਿਛਲੇ 40 ਸਾਲਾਂ ਤੋਂ ਨਹੀਂ ਨਿਕਲੀਆਂ ਗੱਲ ਇਹ ਆ ਬਹੁਤ ਧੰਨਵਾਦ ਪਾਇ ਤੇ ਬਹੁਤ ਬਹੁਤ ਸਾਰੇ ਫੈਕਟਰ ਨੇ ਇਹ ਵੀ ਗੱਲ ਹੈ ਕਿ ਨੌਜਵਾਨਾਂ ਦੇ ਵਿੱਚ ਰੋਜ਼ਗਾਰ ਦੇ ਮੌਕੇ ਘਟ ਨੇ ਇਹ ਵੀ ਹੈ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਾਂ ਵਰਤਾਰੇ ਇਸ ਤਰੀਕੇ ਦੇ ਹੋ ਰਹੇ ਨੇ ਜੋ ਨੌਜਵਾਨਾਂ ਨੂੰ ਪ੍ਰਭਾਵਿਤ ਕਰਦੇ ਨੇ ਇਸ ਰਾਹ ਦੇ ਉੱਤੇ ਤੁਰਨ ਦੇ ਲਈ ਪੰਜਾਬ ਬੋਲਦਾ ਦੇ ਵਿੱਚ ਇਹ ਚਰਚਾ ਲਗਾਤਾਰ ਜਾਰੀ ਰੱਖਾਂਗੇ ਰੱਖਾਂਗੇ ਅਸੀਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁ ਬ੍ਰਿਕਤਵਾਤੋੜਾ ਸਵਾਗਤ ਹੈ ਜੀ ਗੱਲ ਅਸੀਂ ਕਰ ਰਹੇ ਹਾਂ ਪੰਜਾਬ ਦੇ ਵਿੱਚ ਗੈਂਗਸਟਰ ਕਲਚਰ ਦੇ ਉੱਤੇ ਤੇ ਇਹ ਗੱਲਬਾਤ ਇਸ ਲਈ ਅਸੀਂ ਇਸ ਵਾਰ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਘਟਨਾਕ੍ਰਮ ਬੀਤੇ ਦਿਨਾਂ ਦੇ ਵਿੱਚ ਵਾਪਰੇ ਨੇ ਸ਼੍ਰੋਮਣੀ ਅਕਾਲੀ ਦਲ ਆਗੂ ਵਿਕਰਮ ਮਜੀਠੀਆ ਦੇ ਵੱਲੋਂ ਕੈਬਨਟ ਮੰਤਰੀ ਸੁਖਿੰਦਰ ਸਿੰਘ ਢੰਡਾਵਾ ਦੇ ਉੱਤੇ ਸਵਾਲ ਚੁੱਕੇ ਗਏ ਕਿ ਗੈਂਗਸਟਰਾਂ ਦੇ ਨਾਲ ਉਹਨਾਂ ਦੇ ਸਬੰਧ ਨੇ ਤੇ ਬੀਤੇ ਦਿਨ ਹੀ ਇੱਕ ਵੱਡਾ ਘਟਨਾਕ੍ਰਮ ਹੋਇਆ ਹੈ ਕਿ ਅਕਾਲੀ ਦਲ ਦੇ ਇੱਕ ਆਗੂ ਦਾ ਸਾਬਕਾ ਸਰਪੰਚ ਦਾ ਮੁਰਦਾ ਤੋਂ ਕਤਲ ਕੀਤਾ ਗਿਆ ਹੈ ਤੇ ਦੱਸ ਦੇ ਕਿ ਪਿਛਲੇ ਡੇਢ ਮਹੀਨੇ ਦੇ ਵਿੱਚ ਇਹ ਦੂਜਾ ਕਤਲ ਹੈ ਇਸ ਤੋਂ ਪਹਿਲਾਂ ਬਟਾਲਾ ਤੇ ਉੱਤੇ ਹੀ ਲੱਗੇ ਨੇ ਤੇ ਗੈਂਗਸਟਰ ਇਸ ਤਰੀਕੇ ਜੜਾਈ ਵਿਰੋਧੀ ਤਿਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਨਾਲ ਇਸ ਵੇਲੇ ਪੀਓ ਸਟੂਡੈਂਟ ਕੌਂਸਲ ਦੇ ਪ੍ਰਧਾਨ ਮੌਜੂਦ ਨੇ ਚੇਤਨ ਚੌਧਰੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਚੇਤਨ ਬਹੁਤ ਬਹੁਤ ਸਵਾਗਤ ਹੈ ਜਸ ਪੰਜਾਬੀ ਦੇ ਉੱਤੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜਾ ਇਹ ਘਟਨਾਕ੍ਰਮ ਵਾਪਰਿਆ ਹੈ ਤੁਹਾਡੇ ਲੀਡਰ ਦਾ ਕਤਲ ਹੋਇਆ ਹੈ ਤੇ ਲਗਾਤਾਰ ਗੈਂਗਸਟਰ ਕਲਚਰ ਨੂੰ ਲੈ ਕੇ ਇਲਜ਼ਾਮ ਲੱਗ ਰਹੇ ਨੇ ਕੀ ਕਰਨਾ ਚਾਹੁੰਗੇ ਕੀ ਕੁਝ ਨਜ਼ਰ ਆਉਂਦਾ ਇਹਦੇ ਵਿੱਚ ਤੁਹਾਨੂੰ ਸਰ ਮੇਰਾ ਕਹਿਣਾ ਇਹੀ ਹੈ ਇਸ ਜਿਹੜਾ ਵਾਕਿਆ ਪਿਛਲੇ ਦਿਨੀ ਹੋਇਆ ਅਮਰਤਸਰ ਦੇ ਵਿੱਚ ਮਜੀਠਾ ਜ਼ਿਲ੍ਹੇ ਕੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਜਾਂ ਤਾਂ ਇਸ ਸਰਕਾਰ ਨੂੰ ਪਤਾ ਹੀ ਨਹੀਂ ਵੀ ਸਰਕਾਰ ਚਲਾਉਣੀ ਕਿਵੇਂ ਹੈ ਮੁੱਖ ਮੰਤਰੀ ਆਪ ਤਾਂ ਜਿਹੜਾ ਸ਼ੀਦੀ ਹਫਤਾ ਸੀ ਉਹਦੇ ਵਿੱਚ ਜਾ ਕੇ ਪਾਕਿਸਤਾਨ ਤੋਂ ਆਏ ਆਪਦੇ ਗੈਸਟਾਂ ਨਾਲ दारू पींदे ਨੇ पार्टियां ਕਰਦੇ ਨੇ ਜਿਹੜਾ ਕਿ ਇੱਕ ਬਹੁਤ ਹੀ ਸ਼ਰਮਨਾਕ ਗੱਲ ਐ ਸਾਡੇ ਸਿੱਖ ਧਰਮ ਲਈ ਜਿਹੜਾ ਕਿ ਪੰਜਾਬ ਨੂੰ ਇੱਕ ਮੈਸੇਜ ਦੇਣਾ ਚਾਹੀਦਾ ਹੈ ਮੁੱਖ ਮੰਤਰੀ ਨੂੰ ਬਿਲਕੁਲ ਗਲਤ ਮੈਸੇਜ ਦੇ ਰਹੇ ਨੇ ਸ਼ਰਾਬਾਂ ਪੀਂਦੇ ਨੇ ਦੂਜੀ ਗੱਲ ਉਹਨਾਂ ਦੇ ਕਾਰਿਆਕਾਲ ਦੇ ਵਿੱਚ ਇਹ ਪਿਛਲੇ ਦਿਨੀ ਪਿਛਲੇ ਸਾਲ 'ਚ ਤੁਸੀਂ ਜੇ ਚੱਕ ਕੇ ਦੇਖੋਗੇ ਰਿਕਾਰਡ ਵੀ ਕਿੰਨੇ ਐਵੇਂ ਦੇ ਮਰਡਰ ਹੋਏ ਨੇ ਤੇ ਕੀ ਗੈਂਗਸਟਰਾਂ ਤੇ ਨੱਥ ਪਾਈ ਹੋਈ ਹੈ ਤੇ ਕਿਵੇਂ ਦੇ ਬੰਦਿਆਂ ਨੂੰ ਉਹਨਾਂ ਨੇ ਉਹ ਵਾਲੇ ਮੰਤਰਾਲੇ ਦਿੱਤੇ ਨੇ ਜਿਵੇਂ ਕਿ ਜੇਲ੍ਹ ਮੰਤਰਾਲੇ ਸੁਖੀ ਰੰਧਾਵਾ ਨੂੰ ਦਿੱਤਾ ਹੋਇਆ ਤੇ ਉਸ ਬੰਦੇ ਦਾ ਕੀ ਬੈਕਗ੍ਰਾਉਂਡ ਹੈ ਕੀ ਉਹ ਕਰਦੇ ਨੇ ਕਿਹਨਾਂ ਨਾਲ ਉਹਦੇ ਲਿੰਕਸ ਨੇ ਇਹ ਸਭ ਕੁਝ ਤੁਸੀਂ ਦੇਖ ਸਕਦੇ ਹੋ ਪਿਛਲੀ ਦਿਨੀ ਪ੍ਰੈਸ ਚ ਵੀ ਆਇਆ ਮੀਡੀਆ ਚ ਵੀ ਆਇਆ ਤੇ ਸੁਖੀ ਰੰਧਾਵਾ ਦੀ ਤੁਸੀਂ ਬਿਆਨਬਾਜ਼ੀ ਦੇਖ ਸਕਦੇ ਹੋ ਪਿਛਲੀ ਦਿਨੀ ਸਾਡੇ ਪਹਿਲੇ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦੇ ਲਈ ਜਿਹੜਾ ਉਹਨਾਂ ਨੇ ਇੱਕ ਬਹੁਤ ਹੀ ਸ਼ਰਮਨਾਕ ਮੈਂ ਕਹਿਣਾ ਚਾਹੁੰਦਾ ਵੀ ਘਟਿਆ ਚੀਜ਼ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਹਜੇ ਤੱਕ ਕੈਪਟਨ ਸਾਹਿਬ ਨੇ ਉਹਨਾਂ ਦੇ ਖਿਲਾਫ ਇੱਕ ਵੀ ਐਕਸ਼ਨ ਨਹੀਂ ਲੇ ਲਿਆ ਕੀ ਲੱਗਦਾ ਹੈ ਕਿ ਇਲਜ਼ਾਮ ਲੱਗਦੇ ਰਹਿੰਦੇ ਨੇ ਕਾਂਗਰਸ ਵਾਲੇ ਵੀ ਤੁਹਾਡੇ ਕਾਰਜਕਾਲ ਦੇ ਉੱਤੇ ਇਲਜ਼ਾਮ ਲਾਉਂਦੇ ਰਹੇ ਨੇ ਕਿ ਉਸ ਵੇਲੇ ਤੋਂ ਦੌਰਾਨ ਵੀ ਡਾਟਾ ਗੈਂਗਸਟਰ ਕਲਚਰ ਸੀ ਉਵੱਦਾ ਰਿਹਾ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਮੌਜੂਦਾ ਵੇਲੇ ਅਕਾਲੀ ਦਲ ਨੂੰ ਇਸ ਦੇ ਉੱਤੇ ਅਕਾਲੀ ਦਲ ਕਿਸ ਤਰੀਕੇ ਸਵਾਲ ਚੁੱਕ ਰਿਹਾ ਤੇ ਤੁਸੀਂ ਜਿਹੜੇ ਤੁਹਾਡੇ ਸਮੇਂ ਤੇ ਇਲਜ਼ਾਮ ਲੱਗਦੇ ਨੇ ਉਹਦੇ ਬਾਰੇ ਕੀ ਕਹੋਗੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਜਿਹੜਾ ਅਕਾਲੀ ਦਲ ਦੇ ਟਾਈਮ ਇਹ ਕਹਿੰਦੇ ਨੇ ਵੀ ਲੱਗਦਾ ਰਿਹਾ ਇੱਧਰ ਲੱਗਦਾ ਰਿਹਾ ਹੈ ਉੱਧਰ ਲੱਗਦਾ ਰਿਹਾ ਇਹਨਾਂ ਨੂੰ 3 ਸਾਲ ਹੋ ਗਏ ਤੇ ਹੁਣ ਇਹਨਾਂ ਨੂੰ ਇਸ ਮਾਨਸਿਕਤਾ ਤੋਂ ਉੱਠ ਜਾਣਾ ਚਾਹੀਦਾ ਹੈ ਵੀ ਕਾਲੀ ਦਲ ਨੂੰ ਨਿਖੇਦਣਾ ਵੀ ਥੋੜੀ ਸਰਕਾਰ ਨੇ 3 ਸਾਲ ਚ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ ਘਰ ਘਰ ਨੌਕਰੀ ਦਾ ਸਮਾਰਟਫੋਨ ਦੇਣ ਦਾ ਬੇਰੋਜ਼ਗਾਰੀ ਪੱਤਾ ਦੇਣ ਦਾ ਹੋਰ ਬਹੁਤ ਸਾਰੇ ਵਾਅਦੇ ਇਹਨਾਂ ਨੇ ਮੈਨੀਫੈਸਟੋ ਚ ਲਿਆ ਰਹੀ ਸੀ ਇਹ ਆਪਣੇ ਕੈਪਟਨ ਸਾਹਿਬ ਇੱਕ ਵੀ ਵਾਅਦਾ ਹੁਣ ਤੱਕ ਪੂਰਾ ਨਹੀਂ ਕੀਤਾ ਤੇ ਆਪ ਛਿੱਦੀ ਹਫ਼ਤਿਆਂ ਚ ਪਾਰਟੀਆਂ ਕਰ ਰਹੇ ਨੇ ਤੇ ਦੂਜੀ ਗੱਲ ਪੰਜਾਬ ਚ ਧਾਰਮਿਕਤਾ ਦੇ ਨਾਂ ਤੇ ਸਿੱਖ ਧਰਮ ਨੂੰ ਵਧਾਉਣ ਲਈ ਆ ਹੋਰ ਕਿਸੇ ਵੀ ਧਰਮ ਨੂੰ ਮੋਹਰੇ ਮੁੱਖ ਰੱਖ ਕੇ ਉਹਨਾਂ ਲਈ ਕੀ ਕੀਤਾ ਕਾਲੀ ਦਲ ਨੇ ਤਾਂ ਹਰੇਕ ਧਰਮ ਨੂੰ ਮੁੱਖ ਰੱਖ ਕੇ ਉਹਨਾਂ ਲਈ ਕੁਛ ਨਾ ਕੁਛ ਕੀਤਾ ਸੀ ਭਾਵੇਂ ਸਿੱਖ ਧਰਮ ਦਾ ਲਾ ਲਈਏ ਭਾਵੇਂ Hindu ਧਰਮ ਭਾਈਚਾਰੇ ਨੂੰ ਲਾ ਲਈਏ ਇੱਕ ਭਾਈਚਾਰਕ ਸਾਂਝ ਵਧਾਈ ਸੀ ਪੰਜਾਬ ਦੇ ਵਿੱਚ ਇਹਨਾਂ ਨੇ ਇੱਕ ਵੀ ਐਵੇਂ ਦੀ ਕਹਿ ਲਿਏ ਵੀ ਮਿਊਜ਼ੀਅਮ ਤਿਆਰ ਕੀਤਾ ਹੋਵੇ ਜਾਂ ਕਿਸੇ ਚੀਜ਼ ਨੂੰ ਬढ़ावा ਦਿੱਤਾ ਹੋਵੇ ਕਿਸੇ ਵੀ ਰਿਲੀਜੀਅਸ ਚੀਜ਼ ਨੂੰ ਉਹਦੀ بجائے ਇਹ ਗੈਂਗਸਟਰイズਮ ਨੂੰ ਬढ़ावा ਦੇ ਰਹੇ ਨੇ ਆਪ ਦੇ ਗੈਂਗਸਟਰਾਂ ਤੋਂ ਜਿਹੜੇ ਇਹਨਾਂ ਨੇ ਤਿਆਰ ਕੀਤੇ ਹੋਏ ਨੇ ਉਹਨਾਂ ਤੋਂ ਸ਼ਰੇਆਮ ਮਰਡਰਸ ਕਰਵਾ ਰਹੇ ਨੇ ਤੇ ਮੈਂ ਇਹੀ ਕਹਿਣਾ ਚਾਹੁੰਦਾ ਵੀ 2 ਸਾਲ ਰਹਿ ਗਏ ਤੇ ਅਕਾਲੀ ਦਲ ਦੀ ਸਰਕਾਰ ਆਣ ਵਾਲੀ ਹੈ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਹਰ ਇੱਕ ਬੰਦੇ ਦੇ ਖਿਲਾਫ ਜਿੱਤਨ ਤੁਹਾਨੂੰ ਵੈਸੇ ਕੀ ਲੱਗਦਾ ਇੱਕ ਨੌਜਵਾਨ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਕਿ ਸਾਡਾ ਜਿਹੜਾ ਨੌਜਵਾਨ ਹੈ ਉਹ ਇਸ ਰਾਹ ਦੇ ਉੱਤੇ ਕਿਉਂ ਜਾ ਰਿਹਾ ਹੈ ਇਹਦੇ ਵਿੱਚ ਤੁਹਾਨੂੰ ਕੀ ਕੋਈ ਸਮਾਜਿਕ ਤੌਰ ਦੇ ਉੱਤੇ ਕੋਈ ਕਮੀਆਂ ਨੇ ਤੁਹਾਨੂੰ ਲੱਗਦਾ ਕਿ ਪੋਲਿਟੀਕਲ ਸਿਸਟਮ ਹੀ ਸਾਟਾ ਇਸ ਤਰੀਕੇ ਦਾ ਹੋ ਗਿਆ ਜੋ ਨੌਜਵਾਨਾਂ ਨੂੰ ਇਸ ਪਾਸੇ ਲੈ ਜਾ ਰਿਹਾ ਮੈਂ ਇਹ ਕਹਿਣਾ ਚਾਹੂੰਗਾ ਜੀ ਸਮਾਜਿਕ ਤੌਰ ਤੇ ਵੀ ਕਮੀਆਂ ਨੇ ਪੋਲਿਟੀਕਲ ਸਿਸਟਮ ਚ ਵੀ ਕਮੀਆਂ ਨੇ ਤੁਹਾਡੇ ਸਾਹਮਣੇ ਜਿਹੜੇ ਕਤਲ ਹੋਏ ਨੇ ਪਿਛਲੇ 1 ਸਾਲ ਦੇ ਵਿੱਚ ਜੇ ਇੱਕ ਵੀ ਕਤਲ ਦੇ ਖਿਲਾਫ ਸਟ੍ਰਿਕਟ ਐਕਸ਼ਨ ਲਿਆ ਹੁੰਦਾ ਐਸਐਸ ਆਈਡੀ ਬਿਠਾ ਕੇ ਮਹੀਨੇ ਦੇ ਅੰਦਰ ਅੰਦਰ ਸਜ਼ਾ ਹੋਈ ਹੁੰਦੀ ਆ ਸਖਤ ਕਾਰਵਾਈ ਕੀਤੀ ਹੁੰਦੀ ਸਰਕਾਰ ਨੇ ਤਾਂ ਹੀ ਆਣ ਵਾਲੇ ਟਾਈਮ 'ਚ ਨੌਜਵਾਨਾਂ ਨੇ ਇਸ ਚੀਜ਼ ਤੋਂ ਡਰਨਾ ਸੀ ਤੇ ਇਸ ਚੀਜ਼ ਨੂੰ ਨੱਥ ਪੈਣੀ ਸੀ ਉਹਨੂੰ ਰੋਕਣ ਦੀ ਬਜਾਏ ਇਸ ਸਰਕਾਰ ਦੇ ਮੰਤਰੀ ਆਪਦੇ ਫਾਇਦੇ ਲਈ ਯੂਜ਼ ਕਰ ਰਹੇ ਨੇ ਆਪਦੀ ਪਰਸਨਲ ਦੁਸ਼ਮਣੀਆਂ ਕੱਢ ਰਹੇ ਨੇ ਤੇ ਸ਼ਰਿਆਮ ਦਿਨ ਦਿਹਾੜੇ ਪੰਜਾਬ 'ਚ ਡਰ ਦਾ ਮਾਹੌਲ ਫੈਲਾ ਰਹੇ ਨੇ ਲਾਅ ਐਂਡ ਆਰਡਰ ਬਿਲਕੁਲ ਮੇਨਟੇਨ ਨਹੀਂ ਕੀਤਾ ਹੋਇਆ ਇਹਨਾਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਹਾਲਾਤ ਆਣ ਵਾਲੇ 2 ਸਾਲ 'ਚ ਸੱਚਾ ਪਾਸਾ ਹੀ ਬਚਾ ਸਕਦਾ ਹੈ ਜੀ ਪੰਜਾਬ ਤੁਸੀਂ ਉਮੀਦ ਕਰਦੇ ਹੋ ਕੱਲ ਤੁਹਾਡੇ ਲੀਡਰ ਨੇ ਬੀਤੇ ਦਿਨ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਚ ਸਪਸ਼ਟ ਤੌਰ ਤੇ ਇਹ ਵੀ ਸਵਾਲ ਚੁੱਕਿਆ ਹੈ ਕਿ ਸਾਡੇ ਜਿਹੜੇ ਹੋਰ ਸੀਨੀਅਰ ਲੀਡਰ ਹੈ ਪਾਰਟੀ ਦੇ ਇਹ ਗੈਂਗਸਟਰ ਉਹਨਾਂ ਨੂੰ ਵੀ ਟਾਰਗੇਟ ਕਰ ਸਕਦੇ ਆ ਤੁਸੀਂ ਕੋਈ ਉਮੀਦ ਕਰਦੇ ਹੋ ਪੰਜਾਬ ਦੀ ਸਰਕਾਰ ਤੋਂ ਕਿ ਇਸ ਤੋਂ ਘਟਨਾ ਕ੍ਰਮ ਤੋਂ ਬਾਅਦ ਕੋਈ ਇਹਨਾਂ ਗੈਂਗਸਟਰਾਂ ਦੇ ਉੱਤੇ ਕਦਮ ਚੁੱਕੇ ਜਾਣਗੇ ਸਾਡਾ ਇਹੀ ਕਹਿਣਾ ਹੈ ਜੀ ਸਰਕਾਰ ਨੂੰ ਅਸੀਂ ਬਾਰ-ਬਾਰ ਅਪੀਲ ਕਰਦੇ ਆਂ ਡੀਜੀਪੀ ਸਾਹਿਬ ਨੂੰ ਲੈਟਰ ਵੀ ਦੇ ਕੇ ਆਏ ਸੀ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਜੀ ਉਹਦੇ ਖਿਲਾਫ ਉਹਨਾਂ ਨੇ ਐਕਸ਼ਨ ਨਹੀਂ ਲਿੱਤਾ ਉਹਨੂੰ ਇੱਕ ਰੱਦੀ ਚ ਪਾਤਾ ਉਸ ਕਾਗਜ਼ ਨੂੰ ਤੇ ਦੂਜੀ ਚੀਜ਼ ਮੈਂ ਤੁਹਾਡੇ ਚੈਨਲ ਦੇ ਰਾਹੀਂ ਕਹਿਣਾ ਚਾਹੂੰਗਾ ਵੀ ਪੰਜਾਬ 'ਚ ਜਦੋਂ ਤੱਕ ਜੁਰਮ ਹੁੰਦਾ ਰਹੂਗਾ ਕਾਲੀ ਦਲ ਹਰ ਇੱਕ ਚੀਜ਼ ਦੇ ਖਿਲਾਫ ਆਵਾਜ਼ ਚੁੱਕਦੀ ਰਹੂਗੀ ਸਾਡੇ ਕਿੰਨੇ ਵਰਕਰਾਂ ਨੂੰ ਇਹ ਮਾਰ ਲੂਗੇ ਪੰਜਾਬ ਦੇ ਕਿੰਨੇ ਕਿ ਲੋਕਾਂ ਨੂੰ ਮਾਰ ਲੂਗੇ ਅਸੀਂ ਇਸ ਪੰਜਾਬ ਨੂੰ ਆਪਦੀ ਧਰਤੀ ਨੂੰ ਬਚਾ ਕੇ ਰੱਖਣਾ ਗੈਂਗਸਟਰਿਜ਼ਮ ਤੋਂ ਤੇ ਆਉਣ ਵਾਲੇ ਸਮੇਂ ਚ ਵੀ ਜੇ ਐਵੇਂ ਦੀ ਘਟਨਾ ਹੋਊਗੀ ਤੇ ਉਹਦਾ ਮੋਹਰੇ ਲੱਕੇ ਅਗਵਾਈ ਅਕਾਲੀ ਦਲ ਕਰੂਗਾ ਤੇ ਇਹਨਾਂ ਗਲਤ ਚੀਜ਼ਾਂ ਦੇ ਖਿਲਾਫ ਭਾਵੇਂ ਗੈਂਗਸਟਰੀਜ਼ਮ ਹੈ ਭਾਵੇਂ ਨਸ਼ਾ ਹੈ ਭਾਵੇਂ ਕੋਈ ਵੀ ਗਲਤ ਚੀਜ਼ ਹੈ ਸਰਕਾਰ ਕਰਾਉਂਦੀ ਹੈ ਲਾਡਰ ਆਰਡਰ ਨਹੀਂ ਮੇਨਟੇਨ ਕਰਦੀ ਹਰ ਚੀਜ਼ ਦੇ ਖਿਲਾਫ ਅਕਾਲੀ ਦਲ ਮੁਖਤਰ ਬਣ ਕੇ ਆਵਾਜ਼ ਚੁੱਕਦਾ ਰਹੂਗਾ ਬਹੁਤ ਧੰਨਵਾਦ ਚੇਤਨ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਇਹ ਸੰਨ ਚੇਤਨ ਚੌਧਰੀ ਪੀਯੂ ਸਟੂਡੈਂਟ ਕੌਂਸਲ ਦੇ ਪ੍ਰਧਾਨ ਜਿਹੜੇ ਤਾਂ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਸ਼ਹਿ ਦਿੱਤੀ ਜਾ ਰਹੀ ਹੈ ਸਾਫ਼ ਤੌਰ ਦੇ ਉੱਤੇ ਸਰਕਾਰ ਦੇ ਜਿਹੜੇ ਮੰਤਰੀ ਨੇ ਉਹ ਇਹਨਾਂ ਗੈਂਗਸਟਰ ਨੂੰ ਸ਼ਹਿ ਦੇ ਰਹੇ ਨੇ ਤੇ ਉਹਨਾਂ ਦੇ ਆਗੂਵੰਦ ਜਿਹੜੇ ਕਤਲ ਹੋ ਰਹੇ ਨੇ ਉਸ ਨੂੰ ਉਹਨਾਂ ਦਾ ਨੇ ਇਹੀ ਕਹਿਣਾ ਹੈ ਕਿ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ ਬੀਤੀ ਦਿਨੀ ਮੰਗ ਇਹ ਵੀ ਕੀਤੀ ਗਈ ਸੀ ਕਿ ਸੀਬੀਆਈ ਨੂੰ ਜਾਂਚੜੀ ਇਹ ਸੌਂਪੀ ਜਾਣੀ ਚਾਹੀਦੀ ਹੈ ਤੇ ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਾਂਗੇ ਅੱਗੇ ਜਿਹੜਾ ਇਹ ਪੰਜਾਬ ਬੋਲਦਾ ਲਗਾਤਾਰ ਜਾਰੀ ਰਹੇਗਾ ਤੇ ਗੈਂਗਸਟਰ ਕਲਚਰ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਕਲਚਰ ਜਿਹੜਾ ਇਹ ਕਿਉਂ ਵੱਧ ਰਿਹਾ ਹੈ ਤੇ ਨੌਜਵਾਨ ਇਸ ਪਾਸੇ ਕਿਉਂ ਜਾ ਰਹੇ ਨੇ ਸਾਡਾ ਕੁਝ ਹੋਰ ਨੌਜਵਾਨ ਮਾਜੂ ਨੇ ਪਾਜੀ ਕੀਨਾ ਤੁਹਾਡਾ ਪਾਜੀ ਕਾਬਲ ਸਿੰਘ ਤੁਸੀਂ ਦੱਸੋ ਭਾਈ ਕੀ ਵਜ੍ਹਾ ਤੁਹਾਨੂੰ ਨਜ਼ਰ ਆਉਂਦੀ ਹੈ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰ ਕਲਚਰ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਵੱਧ ਰਿਹਾ ਹੈ ਤੇ ਇਹਦੇ ਪਿੱਛੇ ਕਾਰਨ ਕੀ ਕੁਝ ਨੇ ਪਾਜੀ ਕਾਰਨ ਦਾ ਮੇਨ ਤਾਂ ਬੇਰੋਜ਼ਗਾਰੀ ਹੈ ਬੇਰੋਜ਼ਗਾਰੀ ਦਾ ਕਰਕੇ ਲੋਕਾਂ ਕੋਲ ਕੋਈ ਆਪਸ਼ਨ ਹੀ ਨਹੀਂ ਬਚਦੀ ਵੀ ਅਸੀਂ ਕਿਉਂਕਿ ਹਰੇਕ ਬੰਦੇ ਦਾ ਲਾਈਫ ਸਟਾਈਲ ਆਪਣਾ ਵਧੀਆ ਕਰਨਾ ਚਾਹੁੰਦਾ ਹੈ ਠੀਕ ਹੈ ਉਹਦਾ ਕਰਕੇ ਉਹਨਾਂ ਨੂੰ ਪੈਸਿਆਂ ਦੀ ਵੀ ਲੋੜ ਪੈਂਦੀ ਹੈ ਠੀਕ ਹੈ ਘਰ ਦੀਆਂ ਮਜਬੂਰੀਆਂ ਵੀ ਬੰਦੇਆਂ ਦੀਆਂ ਹੁੰਦੀਆਂ ਉਹਦਾ ਕਰਕੇ ਫਿਰ ਉਹ ਬੰਦੇ ਉਸ ਤਰੀਕੇ ਨਾਲ ਵੀ ਛੇਤੀ ਪੈਸੇ ਕਮਾ ਲਈ ਅਸੀਂ ਸਾਡਾ ਨਾਮ ਬਣ ਜੇ ਉਹ ਜਿਹੀ ਚੀਜ਼ ਦਾ ਕਰਕੇ ਵੀ ਉਹ ਨੌਜਵਾਨਾਂ ਨੂੰ ਇਸ ਪਾਸੇ ਲਾਉਣ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜ਼ਿੰਮੇਵਾਰ ਕੌਣਾ ਹੈ ਉਹ ਤਾਂ ਬੇਰੋਜ਼ਗਾਰੀ ਨੌਜਵਾਨਾਂ ਦਾ ਆਪਣੀ ਸਮੱਸਿਆ ਹੈ ਨੌਜਵਾਨਾਂ ਦੀ ਸੋਸਾਇਟੀ ਦੇ ਵਿੱਚ ਜਿਹੜੇ ਉਹਨਾਂ ਨੂੰ ਉਸ ਕਲਚਰ ਦੇ ਵਿੱਚ ਲੈ ਕੇ ਜਾਂਦੇ ਆ ਉਹ ਪਾਜੀ ਮੇਨਤਾ ਸਭ ਤੋਂ ਵੱਧ ਤਾਂ ਅਸਲ ਦੇ ਵਿੱਚ ਆਪਣਾ ਜਿਹੜਾ ਆਪਣਾ ਸਿੰਗਰਾਂ ਦਾ ਠੀਕ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰਮੋਟ ਹੁੰਦੇ ਮੰਨ ਲਾ ਵੀ ਇੱਕੇਦਮ ਫੇਮ ਬਣ ਗਿਆ ਠੀਕ ਹੈ ਗਾਣੇ ਬਹੁਤ ਜ਼ਿਆਦਾ ਕਿਉਂਕਿ ਬਹੁਤ ਜ਼ਿਆਦਾ ਕੇਸ ਹੋਏ ਇਦਾਂ ਦੇ ਵੀ ਜਿਹੜੇ ਗਾਣਿਆਂ ਦਾ ਕਰਕੇ 18-18 ਸਾਲ ਦੇ ਜਵਾਕਾਂ ਇੱਕ ਦੂਜੇ ਨੂੰ ਮਾਰਤਾ ਸਿਰਫ ਆਪਣੀ ਪਬਲਿਸਿਟੀ ਵਾਸਤੇ ਦੂਜਾ ਆਪਣਾ ਪਾਜੀ ਜਿਹੜਾ ਪੰਜਾਬੀ ਸਿਨੇਮਾ ਉਹਦੇ ਵਿੱਚ ਵੀ ਇਦਾਂ ਦੀਆਂ ਮੂਵੀਆਂ ਬਣ ਰਹੀਆਂ ਜਿਹੜੀਆਂ ਡਾਇਰੈਕਟਰ ਗੈਂਗਸਟਰਾਂ ਤੇ ਬਣ ਰਹੀਆਂ ਉਹ ਵੀ ਇਹੋ ਚੀਜ਼ ਦਿਖਾਈ ਜਾ ਰਹੀ ਹੈ ਸਿੱਧਾ ਵੀ ਉਹਨਾਂ ਨੂੰ ਹੀਰੋ ਦਖਾਇਆ ਜਾ ਰਿਹਾ ਹੈ ਠੀਕ ਹੈ ਉਹਦਾ ਕੋਈ ਆਉਣੀ ਦਿਖਾਰੇ ਵੀ ਉਹਦਾ ਐਂਡ ਕੀ ਹੋਣਾ ਉਹ ਚੀਜ਼ ਕੋਈ ਨਹੀਂ ਦਿਖਾਈ ਯਾਰੀ ਇਹ ਚੀਜ਼ ਦੋ ਚੀਜ਼ਾਂ ਮੇਨ ਹੈ ਤੀਜਾ ਪੋਲਿਟਿਸ਼ਨ ਹੈ ਪੋਲਿਟਿਸ਼ਨ ਨੂੰ ਜਦੋਂ ਇਹਨਾਂ ਨੂੰ ਲੱਗਦਾ ਪੋਲਿਟਿਸ਼ਨ ਵੀ ਆਹ ਬੰਦਾ ਇਹ ਚੀਜ਼ ਨੂੰ ਇੰਟਰਸਟਿਡ ਹੈ ਇਹ ਚੀਜ਼ ਨੂੰ ਜਿਹਨਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਪਤਾ ਹੈ ਵੀ ਹਰੇਕ ਜਿੰਨੇ ਵੀ ਪੰਜਾਬੀ ਹੈ ਉਹਨਾਂ ਨੂੰ ਪੈਸਿਆਂ ਦੀ ਠੀਕ ਹੈ ਰੁਜ਼ਗਾਰ ਦੀ ਜ਼ਰੂਰਤ ਹੈ ਫਿਰ ਉਹ ਉਹਨਾਂ ਦਾ ਉਹ ਚੀਜ਼ ਦਾ ਕਰਕੇ ਉਹਨਾਂ ਦਾ ਮਿਸਯੂਜ਼ ਕਰਦੇ ਆ ਪਹਿਲਾਂ ਉਹਨਾਂ ਨੂੰ ਉਹ ਕਰਦੇ ਆ ਠੀਕ ਹੈ ਪੈਸੇ ਦੇ ਕੇ ਉਹਨਾਂ ਤੋਂ ਕੰਮ ਕਰਵਾਉਂਦੇ ਆ ਠੀਕ ਹੈ ਮਸ਼ਹੂਰ ਕਰਦੇ ਫਿਰ ਐਂਡ ਤੇ ਜਦੋਂ ਉਹਨਾਂ ਤੁਹਾਡਾ ਤੁਹਾਡਾ ਕਿਨਾ ਜੀ ਨਿਰਮਲ ਸਿੰਘ ਹੈ ਮੇਰਾ ਨਾਮ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰ ਕਲਚਰ ਹੈ ਕਿਉਂ ਵੱਧ ਰਿਹਾ ਹੈ ਤੇ ਇਹਦੇ ਪਿੱਛੇ ਕੀ ਕਾਰਨ ਕੀ ਨੇ ਮੇਰੇ ਖਿਆਲ ਦੇ ਵਿੱਚ ਸਾਰ ਇਹਦਾ ਸਾਰਾ ਉਹ ਡਰਾ ਰੀਜ਼ਨ ਇੱਕ ਸੋਸ਼ਲ ਮੀਡੀਆ ਹੈ ਕਿ ਹਰ ਕੋਈ ਫੇਮਸ ਹੋਣਾ ਚਾਹੁੰਦਾ ਹੈ ਤੇ ਹਰ ਕੋਈ ਹਰ ਕੋਈ ਬੱਚਾ ਜਦੋਂ ਉਹ ਵੀਡੀਓ ਸਾਰੇ ਦਿਨ ਇਦਾਂ ਦੀਆਂ ਦੇਖਦਾ ਕਿ ਕੋਈ ਵੀ ਗਾਣੇ ਲਾ ਕੇ ਪਾਈਆਂ ਜਾਂਦੀਆਂ ਵੀਡੀਓ ਉਹਨਾਂ ਦੇ ਕੋਈ ਨਾ ਕੋਈ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ ਇਹ ਨਹੀਂ ਹੈ ਕਿ ਕੋਈ ਵੀ ਮਤਲਬ ਪੱਤਰਕਾਰ ਬਣਿਆ ਬੈਠਾ ਤੋ ਤੋ ਵੀਡੀਓ ਬਣਾਈ ਤੇ ਫੇਮਸ ਫੇਮ ਕਰਨ ਲਈ ਉਹ ਜਦੋਂ ਬੱਚੇ ਉਦਾਂ ਦੀਆਂ ਚੀਜ਼ਾਂ ਦੇਖਦੇ ਸਾਰਾ ਦਿਨ YouTube ਵਗੈਰਾ ਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਹਰ ਚ ਸਾਰੇ ਦਿਨ ਬੱਚਾ ਇੱਕ ਹੀ ਇੱਕ ਹੀ ਚੀਜ਼ ਦੇਖਦਾ ਰਹਿੰਦਾ ਕਿ ਉਹਦਾ ਫੇਮ ਫੇਮ ਆਪਾਂ ਜਿਹੜੀ ਚੀਜ਼ ਨੂੰ ਆਪਾਂ ਨੂੰ ਦੱਬਣਾ ਚਾਹੀਦਾ ਨੀਚੇ ਆ ਪੋਚ ਨੂੰ ਉੱਪਰ ਉਭਾਰ ਰਹੇ ਆ ਕਿ ਗੈਂਗਸਟਰ ਵਗੈਰਾ ਨੂੰ ਜਿੱਥੇ ਆਪਾਂ ਨੂੰ ਇਹਨਾਂ ਨੂੰ ਚੀਜ਼ਾਂ ਨੂੰ ਦੱਬ ਕੇ ਰੱਖਣਾ ਚਾਹੀਦਾ ਤੇ ਉਹ ਆਪਾਂ ਉਭਾਰ ਰਹੇ ਆ ਕਿ ਉਹ ਬੰਦਾ ਫੇਮਸ ਹੋ ਰਿਹਾ ਫੇਮਸ ਹੋ ਰਿਹਾ ਹਾਲਾਂਕਿ ਉਹਨਾਂ ਦੀ ਐਗਜ਼ੈਕਟ ਲਾਈਫ ਆ ਕਿ ਜਦੋਂ ਇੱਕ ਗੈਂਗਸਟਰ ਫੜਿਆ ਜਾਂਦਾ ਜਾਂ ਮਾਰਿਆ ਜਾਂਦਾ ਉਸ ਤੋਂ ਬਾਅਦ ਉਹ ਖਤ ਜਾਂਦਾ ਸਿੰਪਲ ਇੱਕ ਬੰਦੇ ਨੂੰ ਮਾਰਿਆ ਉਸ ਬੰਦੇ ਨੂੰ ਹਮੇਸ਼ਾ ਸੋਸ਼ਲ ਮੀਡੀਆ ਦੇ ਵਿੱਚ ਗਾਣਿਆਂ ਰਾਹੀਂ ਮਤਲਬ ਫੇਮ ਕਰ ਫੇਮ ਦੇ ਕੇ ਰੱਖਿਆ ਜਾਂਦਾ ਉਹ ਸਾਰਨੋਂ ਵੱਡਾ ਮੈਨੂੰ ਲੱਗਦਾ ਕਿ ਇੰਡੀਆ ਦਾ ਵੀ ਰੋਲ ਆ ਭਾਜੀ ਇਹਦੇ ਵਿੱਚ ਮੀਡੀਆ ਦੇ ਵੀ ਰੋਲ ਆ ਤੁਸੀਂ ਦੇਖੋ ਵੀ ਆਪਣੇ ਮੀਡੀਆ ਨੇ ਵੀ ਕਿੰਨੇ ਬੰਦੇ ਜਿਹੜੇ ਗੈਂਗਸਟਰ ਉਹਨਾਂ ਨੂੰ ਕਿੱਡੇ ਕਿਹੜੇ ਤਰੀਕੇ ਨਾਲ ਪੇਸ਼ ਕੀਤਾ ਉਹਨਾਂ ਨੂੰ ਐ ਕੀਤਾ ਵੀ ਇਹ ਹੀਰੋ ਹੈ ਜੇ ਆ ਬੋਆ ਠੀਕ ਹੈ ਸਰ ਦੂਜਾ ਭਾਜੀ ਹੈ ਜਿਹੜਾ ਜੇਲ੍ਹਾਂ ਦੇ ਵਿੱਚ ਆ ਜੇਲ੍ਹਾਂ ਦੇ ਵਿੱਚੋਂ ਤੁਸੀਂ ਤਾਂ ਗੈਂਗਵਾਰ ਬਹੁਤ ਚੱਲ ਰਹੀ ਹੈ ਇਹਦੇ ਵਿੱਚ ਸਾਰੇ ਲੀਡਰਸ਼ਿਪ ਦਾ ਵੀ ਉਹ ਉੱਥੋਂ ਆਪਣਾ ਜੇਲ੍ਹਾਂ ਦੇ ਵਿੱਚੋਂ ਡਾਇਰੈਕਟ ਸੇਫਲੀ ਜਿਹੜੇ ਜ ਠੀਕ ਆਪਣਾ ਗੈਂਗਬਾਰ ਚਲਾ ਰਹੇ ਆ سوشل ਮੀਡੀਆ ਜਿਆਦਾ ਹੋਣ ਦਾ ਕਰਕੇ ਹਰੇਕ ਬੰਦੇ ਦਾ ਟੱਚ ਉਹਨਾਂ ਨਾਲ ਤੇ ਜਿਲਾਂ ਦੇ ਵਿੱਚੋਂ ਪ੍ਰੋਪਰ ਜੱਲੇ ਹੁਣ ਤੁਸੀਂ ਦੇਖ ਲਓ ਵੀ ਆਪਣੇ ਗੈਂਗਸਟਰਾਂ ਤੇ ਲੀਡਰ ਕਿਦਾਂ ਕਹਿ ਰਹੇ ਆ ਵੀ ਮੈਨੂੰ ਧਮਕੀ ਦਿੱਤੀ ਦੂਸਰੀ ਪਾਰਟੀ ਦੇ ਲੀਡਰ ਕਹਿ ਰਹੇ ਮੈਨੂੰ ਧਮਕੀ ਦਿੱਤੀ ਉਹ ਸਾਰਾ ਜੇਲ੍ਹਾਂ ਦੇ ਵਿੱਚ ਸਿਸਟਮ ਇਹ ਸਾਰਾ ਅਸਲ ਵਿੱਚ ਪੋਲੀਟੀਸ਼ੀਅਨ ਤੇ ਸੋਸ਼ਲ ਮੀਡੀਆ ਤੇ ਗਾਣੇ ਇਹ ਚੀਜ਼ ਦਾ ਕਰਕੇ ਲੋਕਾਂ ਦਾ ਟੱਚ ਜਿਆਦਾ ਵਧਣ ਦੇ ਕਰਕੇ ਵੀ ਬੱਚੇ ਖਰਾਬ ਹੋ ਰਹੇ ਨੇ ਤੇ ਗੈਂਗਸਟਰ ਕਲਚਰ ਨੂੰ ਲੈ ਕੇ ਨੌਜਵਾਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਨੌਜਵਾਨਾਂ ਨੇ ਬੜੇ ਖੁੱਲ ਕੇ ਆਪਣੇ ਵਿਚਾਰ ਰੱਖੇ ਨੇ ਨੌਜਵ ਗੈਂਗਸਟਰ ਕਲਚਰ ਦੇ ਵਿੱਚ ਪੈਣ ਵਾਲੇ ਨੌਜਵਾਨ ਨੇ ਉਸਦੇ ਬਹੁਤ ਸਾਰੇ ਕਾਰਨ ਨੇ ਸਿਆਸੀ ਤੌਰ ਦੇ ਉੱਤੇ ਵੀ ਉਹਨਾਂ ਨੂੰ ਪੁਸ਼ਤਪਨਾਹੀ ਮਿਲਦੀ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਸਮਾਜਿਕ ਕਾਰਨ ਵੀ ਨੇ ਗਾਇਕੀ ਦੇ ਵਿੱਚ ਪੰਜਾਬ ਦੇ ਵਿੱਚ ਜੋ ਹੋ ਰਿਹਾ ਏ ਉਹਨਾਂ ਨੂੰ ਪ੍ਰਭਾਵਿਤ ਕਰਦਾ ਏ ਸੋ ਇਹ ਸਾਰੇ ਪੱਖ ਨੇ ਜਿਸ ਦੀ ਵਜ੍ਹਾ ਕਰਕੇ ਸਾਡਾ ਨੌਜਵਾਨ ਜਿਹੜਾ ਏ ਉਹ ਗੈਂਗਸਟਰ ਕਲਚਰ ਦੇ ਵਿੱਚ ਪੈ ਰਿਹਾ ਏ ਜ਼ਰੂਰੀ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਸਮਾਜ ਨੂੰ ਖਾਸ ਤੌਰ ਦੇ ਉੱਤੇ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਤੇ ਜਿਹੜੀ ਸਿੱਖਿਆ ਏ ਉਹ ਨੌਜਵਾਨਾਂ ਨੂੰ ਇਸ ਰਾਤ ਤੋਂ ਤੁਰੰਤੇ ਰੋਕਣ ਦੇ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ ਤੇ ਫਿਲਹਾਲ ਅਜ ਦੇ ਪੰਜਾਬ ਬੋਲਦਾ ਦੇ ਵਿੱਚ ਹੈ ਨਹੀਂ ਧੰਨਵਾਦ